ਤੇ ਸਾਡੇ ਵਾਸਤੇ ਗੋਸ਼ ਹੋਸ ਨੂੰ ਸੰਭਾਲ ਕੇ ਰੱਖਣਾ, ਅਸੀਂ ਪਹੁੰਚ ਜਾਵਾਂਗੇ ਉੱਥੇ ਤੇ ਚੱਲਦੇ ਆ ਚੱਲਿਓ ਸੁਬਾ ਸੁਬਾ। ਉਹ ਸਰ ਸੁਬਾ ਸਿਰ ਉੱਡ ਜਾਈਏ ਨਾ, ਕੰਮੇ ਤੇ ਜਾਈਏ ਨਾ। ਤੇ ਮਾਸ਼ਾਅੱਲਾ ਵੇਖ ਲਓ ਜੀ, ਇਹ ਤਾਂ ਦੂਜਾ ਦਿਨ ਹੈ, ਗੱਲਾਂ ਯਾਦ ਰਹਿ ਗਈਆਂ ਨੇ। ਤੇ ਜਿਉਂ ਜਿਉਂ ਪੈਸਾ ਇਨਸਾਨ ਦੇ ਅੰਦਰ ਵੱਡਦਾ ਗਿਆ ਤੇ ਪਿਆਰ ਮੁਹੱਬਤ ਸਾਰੀ, ਬੜੇ ਪਿਆਰੇ ਭਾਈ ਨੇ ਤੇ ਜਿਵੇਂ ਰੋਜ਼ ਹੀ ਮਿਲਦੇ ਨੇ, ਬੜੇ ਪਿਆਰ ਮੁਹੱਬਤ ਨਾਲ ਮਿਲਦੇ ਨੇ, ਬੜੇ ਖਲੂਸ ਨਾਲ ਮਿਲਦੇ ਨੇ ਸਰ। ਇਹ ਆਪੇ ਬਹੁਤ ਪਿਆਰੇ ਨੇ, ਬਹੁਤ ਚੰਗੇ ਨੇ। ਇਹ ਤਾਂ ਦੂਜਾ ਦਿਨ ਤੇ ਮਟਰ ਪਕਾਉਣ ਲੱਗੇ ਸੀ, ਤਾਂ ਕਹਿੰਦੇ ਬੋਟੀਆਂ ਛੋਟੀਆਂ ਕੋਈ ਪਕਾਣੀਆਂ ਤੇ ਕਈ ਪੱਕੀ। ਅਸਲਾਮ ਅਲੈਕੁਮ ਜੀ, ਉਮੀਦ ਕਰਦਾ ਸੀ ਸਾਰੇ ਖਰੀਦ ਨਾਲ ਹੋਗੇ। ਤੇ ਈਦ ਦਾ ਦੂਜਾ ਦਿਨ ਤੇ ਸੁਬਾ ਸੁਬਾ ਅਸੀਂ ਗਿਆ ਸੀ ਕੰਮ ਤੇ, ਤੇ ਦਿਹਾੜ ਦਿਹੁੜ ਲਾ ਕੇ ਆ ਗਏ ਜਨਾਬ। ਵੇਖ ਲਓ ਤੁਸੀਂ ਤੇ ਬੱਕਰੇ ਸ਼ਕਰੇ ਕੱਟੇ ਛੱਟੇ ਖਾ ਰਹੇ ਹੋ ਦੂਜੇ ਦਿਨ, ਤੇ ਬਾਰਬੀਕਿਊ ਦੀ ਤਿਆਰੀਆਂ ਅਸੀਂ ਕੰਮ ਤੇ ਦਿਹਾੜ ਲਿਆ ਕੇ ਆ ਗਏ। ਤੇ ਲੋ ਪ੍ਰਦੇਸ਼ 'ਚ ਪਤਾ ਨਹੀਂ ਲੱਗਦਾ ਈਦ ਆਈ ਕਦਨ ਤੇ ਗਈ ਕਦਨ ਹੈ ਜਨਾਬ, ਤੇ ਥੱਕ ਤਰੁੱਟ ਕੇ ਆ ਗਏ ਕੰਮ ਤੋਂ ਵਾਪਸ ਜਨਾਬ। ਸੁਬਾਹ ਦਾ ਟਾਈਮ ਹੈ, ਸੁਬਾਹ ਦੇ ਨਹਾਉਣ ਤੇ ਧੁੱਪ ਚੜ੍ਹੀ ਹੈ ਜਨਾਬ, 12:00 ਦਾ ਟਾਈਮ ਹੋ ਗਿਆ ਤੇ ਕੰਮ ਤੋਂ ਆਇਆ। ਜਾਵਾਂਗੇ ਘਰ, ਹੁਣ ਵੇਖਾਂਗੇ ਕੋਈ ਘਰ ਕੀ ਸਟੋਰੀ ਹੈ। ਭੁੱਖ ਬੜੀ ਡਾਢੀ ਲੱਗੀ ਹੈ ਜਨਾਬ, ਵੇਖ ਲਓ ਪ੍ਰਦੇਸ਼ਾਂ 'ਚ ਈਦ ਕਰਨਾ ਕਿੰਨਾ ਫਾਇਦਾ ਹੁੰਦਾ। ਅੱਜ ਪਾਕਿਸਤਾਨ ਜਾ ਸਵਾਦ ਇੱਥੇ ਨਹੀਂ ਆਉਂਦਾ, ਇੱਥੇ ਬਸ ਅਸੀਂ ਕੀ ਕਰਨਾ। ਸੁਬਾਹ ਉੱਠੋ ਤੇ ਤਿਆਰ ਸ਼ਿਆਰ ਹੁੰਦਾ ਹੀ, ਈਦ ਹੀ ਗੁਜ਼ਰ ਜਾਂਦੀ, ਪਤਾ ਹੀ ਨਹੀਂ ਚੱਲਦਾ ਈਦ ਕਦਨ ਆਈ ਸੀ ਕਦਨ ਗਈ ਸੀ। ਅਤੇ ਸੁਬਾਹ ਦੀ ਕੇ ਕਹਿੰਦਾ ਘੰਟੀ ਬੋਲ ਪੈਂਦੀ, ਕਾਕਾ ਉੱਠ ਜਾ ਕੰਮ ਦਾ ਟਾਈਮ ਹੋ ਗਿਆ, ਅਤੇ ਉਹ ਛੁੱਟੀ ਗਈ। ਹੁਣ ਆਸਤਾ ਆਸਤਾ ਚੱਲੀਏ ਘਰ ਨੂੰ, ਈਦ ਦਾ ਦੂਜਾ ਦਿਨ ਇੰਜੋਏ ਕਰਦੇ ਹਾਂ, ਕੜਾਹੀਆਂ ਗੋਸ਼ ਬਣਾ ਕੇ ਖਾਂਦੇ ਹਾਂ। ਚਲੋ ਕੋਈ ਨਹੀਂ, ਇਹ ਸਾਨੂੰ ਵੀ ਅੱਲਾ ਕਿਸੇ ਦਿਨ ਖਵਾਵੇਗਾ, ਜਾਵਾਂਗੇ ਪਾਕਿਸਤਾਨ ਅਤੇ ਅਸਾਂ ਵੀ ਆਏ ਕੜਾਹੀਆਂ ਗੋਸ਼ ਖਾਵਾਂਗੇ ਬਣਾ ਕੇ ਵੱਡੀ ਈਦ 'ਤੇ, ਸਾਡੇ ਵਾਸਤੇ ਗੋਸ਼ ਉਸ ਨੂੰ ਸੰਭਾਲ ਕੇ ਰੱਖਣਾ, ਅਸੀਂ ਪਹੁੰਚ ਜਾਵਾਂਗੇ ਉੱਥੇ। ਅਤੇ ਚੱਲਦੇ ਹਾਂ ਘਰ, ਭੁੱਖ ਡਾਢੀ ਲੱਗੀ, ਅਤੇ ਕੋਈ ਖਾਂਦੇ ਪੀਂਦੇ ਹਾਂ ਘਰ ਜਾ ਕੇ ਜਨਾਬ। ਠੀਕ ਹੈ ਜੀ, ਘਰ ਜਾ ਕੇ ਮਿਲਦੇ ਹਾਂ ਕੀ ਸਟੋਰੀ ਹੈ। ਅਤੇ ਬੌਸ ਨੂੰ ਕਹਿੰਦੇ ਹਾਂ ਕੋਈ ਖਾਣ ਪੀਣ ਵਾਸਤੇ ਬਣਾ ਕੇ ਦਿਓ ਜਨਾਬ, ਭੁੱਖ ਬੜੀ ਡਾਢੀ ਲੱਗੀ, ਕੀ ਕਰੀਏ। ਅਤੇ ਚੱਲਦੇ ਹਾਂ ਜਨਾਬ ਅੰਦਰ ਘਰ, ਤੋਂ ਵਿਖਾਉਂਦੇ ਹਾਂ ਅਸੀਂ ਕੀ ਖਾਣਾ ਪੀਣਾ। ਅਤੇ ਵੇਖ ਲਓ ਜੀ, ਮਿਹਨਤ ਮਜ਼ਦੂਰੀ ਕਰੀ ਦੀ ਅਤੇ ਜਲੀਲ ਹੋ ਗਏ, ਜਲੀਲ ਤਾਂ ਨਹੀਂ ਹੋਏ, ਅੱਲਾ ਦਾ ਸ਼ੁਕਰ ਹੈ ਜਨਾਬ। ਪ੍ਰਦੇਸ਼ਾਂ ਦੀ ਵਜ੍ਹਾ ਨਾਲ ਹੀ ਸਾਡੇ ਘਰ ਵਾਲਿਆਂ ਦੇ ਹਾਲਾਤ ਠੀਕ ਹੁੰਦੇ ਨੇ, ਕਿਉਂਕਿ ਪਿੱਛੇ ਦੇ ਹਾਲਾਤ ਤਾਂ ਹੀ ਠੀਕ ਹੁੰਦੇ ਹੈਗੇ। ਅਸੀਂ ਪ੍ਰਦੇਸ਼ 'ਚ ਰਹਿੰਦੇ ਹਾਂ ਅਤੇ ਉਹਨਾਂ ਵਾਸਤੇ ਵੀ ਆਸਾਨੀ ਹੋ ਜਾਂਦੀ, ਸੁੱਖ ਦਾ ਸਾਹ ਲੈਂਦੇ ਨੇ। ਚੱਲਦੇ ਹਾਂ ਘਰ ਜਨਾਬ, ਅੰਦਰ ਵੜਦੇ ਹਾਂ ਅਤੇ ਅੰਦਰ ਦਾ ਮਾਹੌਲ ਕਰਾਉਂਦੇ ਹਾਂ ਚੈੱਕ, ਅਤੇ ਭੁੱਖ ਲੱਗੀ ਹੈ ਅੰਦਰ। ਬੌਸ ਨੂੰ ਕਹਿੰਦੇ ਹਾਂ ਕੋਈ ਦਿਓ, ਅਤੇ ਫਿਰ ਕੋਈ ਹੋਰ ਮਾਹੌਲ ਸ਼ੋਰ ਚੈੱਕ ਕਰਾਉਂਦੇ ਹਾਂ। ਅਤੇ ਕਬੂਤਰ ਹੀ ਵੇਖ ਰਹੇ ਨੇ ਮੇਰੇ ਯਾਰ, ਉਹਨੂੰ ਵੀ ਪਤਾ ਬੰਦਾ ਨਿਕਲਿਆ ਬਾਹਰ ਕੰਮ ਤੋਂ ਆ ਰਿਹਾ। ਮੌਸਮ ਬੜਾ ਪਿਆਰਾ ਯੂਕੇ ਦਾ ਜਨਾਬ, ਹਾਏ ਫੁਹਾਰਾ ਸ਼ੁਹਾਰਾ ਚੱਲ ਰਿਹਾ ਪਿੱਛੇ, ਧੁੱਪ ਨਿਕਲੇ ਤਾਂ ਚੱਲਦਾ ਵੈਸੇ ਨਹੀਂ ਚੱਲਦਾ। ਲਓ ਜੀ ਘਰ ਮੈਂ ਵੜਾ ਆ। ਲਓ ਜੀ ਕੱਪੜੇ ਛੋੜੇ ਚੇਂਜ ਕਰ ਲਏ, ਅਤੇ ਮਾਸ਼ਾਅੱਲਾ ਮੌਸਮ ਅੱਜ ਬੜਾ ਗਰਮ ਸੀ, ਅਤੇ ਕੰਮ ਤੋਂ ਆਇਆ ਸੀ ਅਤੇ ਮੈਂ ਨਹਾ ਨੂੰ ਲਈਏ ਜ਼ਰਾ ਈਦ ਦਾ ਦੂਜਾ ਦਿਨ ਵੀ ਤਾਂ ਬਣਾਉਣਾ ਜਨਾਬ ਅਲੀ, ਅਤੇ ਭੁੱਖ ਬੜੀ ਡਾਢ ਲੱਗੀ ਸੀ। ਬੁੱਢੀ ਨੂੰ ਕਿਹਾ ਜਨਾਬ ਅਲੀ ਕੀ ਹੈ ਖਾਣ ਵਾਸਤੇ, ਬੁੱਢੀ ਕਹਿੰਦੀ ਸਮੋਸੇ ਪਏ ਨੇ ਫ੍ਰੀਜ਼ਰ 'ਚ, ਕਹਿੰਦੀ ਉਹਦੇ ਫਰਾਈ ਸਰਾਈ ਕਰ ਦਿੰਦੇ ਹਾਂ। ਮੈਂ ਲੈ ਤਲ ਛਲ ਸਮੋਸੇ, ਫਿਰ ਦੇਸੀ ਮਾਹੌਲ ਦੇ ਅੰਦਰ ਖਾਂਦੇ ਹਾਂ ਸਮੋਸੇ, ਅਤੇ ਤੁਹਾਡੇ ਨਾਲ ਵੀ ਕਰਦੇ ਹਾਂ ਸ਼ੇਅਰ। ਤੁਸੀਂ ਤਾਂ ਬੋਟੀਆਂ ਛੋਟੀਆਂ ਖਾਓ, ਇੰਜੋਏ ਕਰੋ ਪਾਕਿਸਤਾਨ ਦੇ ਅੰਦਰ ਦੂਜਾ ਦਿਨ ਅਤੇ ਤੀਜਾ ਦਿਨ, ਤਾਂ ਅਸੀਂ ਦੂਜਾ ਦਿਨ ਵੀ ਕੰਮ 'ਤੇ, ਤੀਜਾ ਵੀ ਕੰਮ 'ਤੇ, ਚੌਥਾ ਵੀ ਤਾਂ ਕੰਮ 'ਤੇ ਕੰਮ 'ਤੇ, ਕੀ ਕਰੀਏ ਜਨਾਬ ਅਲੀ। ਅਤੇ ਤਿਆਰ ਸ਼ਿਆਰ ਹੋ ਗਏ, ਇੱਥੇ ਬਹਿਵਾਂਗੇ, ਟੀ ਵੀ ਸ਼ੀ ਵੇਖਾਂਗੇ, ਹੋਰ ਕਿੱਥੇ ਜਾਈਏ ਅਸੀਂ। ਅਤੇ ਦੂਜੇ ਦਿਨ ਤਾਂ ਹੁੰਦਾ ਸੀ ਸਾਰੇ ਦੋਸਤ ਮਿਲ ਜੁਲ ਕੇ ਜਾਈਦਾ ਸੀ ਬਾਜ਼ਾਰ, ਰੌਣਕ ਮੇਲਾ ਲਾਈਦਾ ਸੀ, ਖਾਈ ਪੀਦਾ ਸੀ, ਗੱਪ ਛੱਪ ਲਾਈਦੀ ਸੀ, ਅਤੇ ਇੱਥੇ ਉਹ ਤਾਂ ਮਾਹੌਲ ਹੁੰਦਾ ਨਹੀਂ। ਅਸੀਂ ਤਾਂ ਫਿਰ ਸ਼ੁਕਰ ਅਦਾ ਕਰਦੇ ਹਾਂ ਜੀ, ਸਾਡੇ ਕੋਲ ਥੋੜ੍ਹੀ ਜੀ ਫੈਮਲੀਆਂ ਆਏ ਨੇ, ਚਲੋ ਰੌਣਕ ਮੇਲਾ ਲੱਗ ਹੀ ਜਾਂਦਾ, ਅਤੇ ਦੂਜੇ ਦਿਨ ਉਹ ਵੀ ਕੰਮ 'ਤੇ ਚਲੇ ਜਾਂਦੇ ਨੇ ਅਤੇ ਰੌਣਕ ਮੇਲਾ ਹੋ ਜਾਂਦਾ ਖਤਮ। ਅਤੇ ਕਈ ਪਰਦੇਸੀ ਸਾਡੇ ਭਰਾ ਐਸੇ ਵੀ ਆਏ ਨੇ, ਇਕੱਲੇ ਇਕੱਲੇ ਆਏ ਨੇ ਵਿਚਾਰੇ, ਇਕੱਲੇ ਇਕੱਲੇ ਹੀ ਰਹਿੰਦੇ ਨੇ, ਅਤੇ ਉਹ ਈਦ ਦਾ ਮਜ਼ਾ ਇੱਕ ਕਮਰੇ 'ਚ ਗੁਜ਼ਾਰਦੇ ਨੇ, ਅਤੇ ਕਹਿੰਦੇ ਤਾਂ ਨਹੀਂ ਆਪਣੇ ਪਿਆਰਿਆਂ ਨੂੰ ਪਿੱਛੇ ਅਸੀਂ ਕੀ ਅਜੇ ਰਹਿੰਦੇ ਹਾਂ, ਕਿਸ ਤਰ੍ਹਾਂ ਰਹਿੰਦੇ ਹਾਂ, ਉਹ ਤਾਂ ਆਪਣਾ ਹੱਸੀ ਖੁਸ਼ੀ ਵਿਖਾਉਂਦੇ ਨੇ। ਨਹੀਂ ਜੀ ਅਸੀਂ ਜ਼ਬਰਦਸਤ, ਆਪਾਂ ਅੰਦਰ ਦੀ ਗੱਲ ਪਰਦੇਸੀਆਂ ਕੋਲੋਂ ਪੁੱਛੋ ਤਾਂ ਤੁਹਾਨੂੰ ਲਾਜ਼ਮੀ ਦੱਸਣਗੇ। ਉਹ ਪਰਦੇਸੀਆਂ ਦੀ ਕਹਾਣੀ ਪਰਦੇਸੀ ਜਾਣਦਾ, ਅਤੇ ਦੂਜਾ ਬੰਦਾ ਜਾਣ ਨਹੀਂ ਸਕਦਾ। ਕਈ ਲੋਕ ਮੇਰੀ ਇਸ ਗੱਲ ਤੋਂ ਖਿਲਾਫ ਵੀ ਹੋਣਗੇ ਅਤੇ ਕਈ ਐਗਰੀ ਵੀ ਹੋਣਗੇ। ਪਰਦੇਸ਼ 'ਚ ਰਹਿਣਾ ਬੜਾ ਔਖਾ ਜਿਹਾ ਕੰਮ ਹੁੰਦਾ ਜਨਾਬ, ਅਤੇ ਨੋਟ ਕਮਾਉਣੇ ਉਸ ਤੋਂ ਵੀ ਬੜੇ ਔਖੇ ਨੇ, ਨੋਟ ਸਿੱਧੇ ਟੁਕਰੀਏ 'ਚ ਨਹੀਂ ਮਿਲਦੇ, ਬੜੀ ਮਿਹਨਤ ਕਰਨੀ ਪੈਂਦੀ, ਕਈ ਕਈ ਕੰਮ ਕਰਨੇ ਪੈਂਦੇ ਨੇ ਪ੍ਰਦੇਸ਼ ਦੇ ਅੰਦਰ, ਅਤੇ ਤਾਂ ਹੀ ਸਾਡੇ ਪਿੱਛੇ ਦਾ ਵੀ ਸਰਕਟ ਚੱਲਦਾ, ਉਹਨਾਂ ਵਾਸਤੇ ਸਾਰੀ ਮਿਹਨਤਾਂ ਕਰੀਦੀਆਂ ਨੇ।
ਤੇ ਪਾਕਿਸਤਾਨ ਦੇ ਅੰਦਰ ਤੇ ਮਾਸ਼ਾਅੱਲਾ ਕਾਫੀ ਰੌਣਕ ਮੇਲਾ ਲੱਗਾ ਹੋਇਆ ਅੱਜ ਕੱਲ ਈਦ ਦਾ ਦੂਜਾ ਦਿਨ ਤੀਜਾ ਦਿਨ ਤੇ ਮਾਸ਼ਾਅੱਲਾ ਵੀਡੀਓ ਵੇਖੀਦੀਆਂ ਤੇ ਬੜੀ ਖੁਸ਼ੀ ਹੁੰਦੀ ਹੈ ਆਪਣੇ ਦੇਸ਼ ਦੇ ਅੰਦਰ ਵੀਡੀਓ ਵੇਖ ਕੇ ਨਾ ਤੇ ਬੜਾ ਹੀ ਮਜ਼ਾ ਆਉਂਦਾ ਅਸੀਂ ਇੰਜੋਏ ਕਰਦੇ ਹਾਂ ਇੱਥੇ ਬਹਿ ਕੇ ਆਏ ਕਦੇ ਅਸੀਂ ਵੀ ਉੱਥੇ ਜਾਂਦੇ ਕੋਈ ਨਹੀਂ ਅੱਲਾ ਸਾਨੂੰ ਵੀ ਇੱਕ ਦਿਨ ਲੈ ਜਾਏਗਾ ਕਿਤੇ ਮੌਕਾ ਮਿਲਿਆ ਤੇ ਇਨਸ਼ਾਅੱਲਾ ਜਾਵਾਂਗੇ ਪਰਦੇਸ਼ ਉਹ ਵੀ ਸਾਡੇ ਵਾਸਤੇ ਸਮਝੋ ਪਰਦੇਸ ਹੈ ਅਸੀਂ ਰਹਿੰਦੇ ਜੇ ਇੱਥੇ ਹਾਂ ਤੇ ਅਸੀਂ ਵੀ ਈਦ ਸ਼ੀਦ ਕਰਾਂਗੇ ਆਪਣੇ ਪਿਆਰਿਆਂ ਦੇ ਨਾਲ ਕੀ ਖਿਆਲ ਹੈ ਠੀਕ ਹੈ ਜਨਾਬ ਤੇ ਬੁੱਢੀ ਮੇਰੀ ਦੇ ਸਮੋਸੇ ਹੋ ਰਹੇ ਨੇ ਤਿਆਰ ਹੋ ਗਏ ਨੇ ਆਲਮੋਸਟ ਤੇ ਖਾਵਾਂਗੇ ਗਰਮ ਗਰਮ ਸਮੋਸੇ ਤੇ ਪਾਕਿਸਤਾਨ ਹੋਈਦਾ ਸੀ ਸਵੇਰੇ ਦਾ ਟਾਈਮ ਹੁੰਦਾ ਸੀ ਸਪੈਸ਼ਲ ਕੁਰਬਾਨੀ ਵਾਲੇ ਦਿਨ ਮਾਸ਼ਾਅੱਲਾ ਕਿਆ ਹੀ ਜ਼ਬਰਦਸਤ ਮਾਹੌਲ ਹੁੰਦਾ ਸੀ ਤੇ ਸਵੇਰ ਦੇ ਸੇਵੀਆਂ ਸ਼ੇਵੀਆਂ ਘਰੋਂ ਖਾਈਦੀਆਂ ਸੀ ਸਵੇਵੀਆਂ ਪੱਕਦੀਆਂ ਸੀ ਉਹਨਾਂ ਦੀ ਖੁਸ਼ਬੂ ਤਾਂ ਬਹੁਤ ਹੀ ਪਿਆਰੀ ਹੁੰਦੀ ਸੀ ਤੇ ਮਾਸ਼ਾਅੱਲਾ ਅਗਰ ਕਿਸੇ ਦੇ ਘਰ ਕੋਈ ਗੋਸ਼ ਪੱਕ ਰਿਹਾ ਤਾਂ ਖੁਸ਼ਬੂ ਆਉਂਦੀ ਸੀ ਭਾਵੇਂ ਚੌਥੀ ਗਲੀ 'ਚ ਪੱਕਦਾ ਹੋਵੇ ਤੇ ਇੰਨੀਆਂ ਚੀਜ਼ਾਂ ਖਾਲਸ ਹੁੰਦੀਆਂ ਸੀ ਉਸ ਜ਼ਮਾਨੇ 'ਚ ਤਾਂ ਖਾਲਸ ਹੀ ਬੰਦੇ ਹੁੰਦੇ ਸੀ ਅੱਜ ਕੱਲ੍ਹ ਤੁਸੀਂ ਕੋਲ ਖਲੋਤੇ ਹੋਵੇ ਧਣੀਆਂ ਛਣੀਆਂ ਜੋ ਮਰਜ਼ੀ ਪਾ ਲਓ ਉਹਦੀ ਖੁਸ਼ਬੂ ਤੁਹਾਡੇ ਕੋਲ ਗੁਜ਼ਰ ਕੇ ਵੀ ਨਹੀਂ ਜਾਏਗੀ ਤੇ ਉਸ ਟਾਈਮ ਯਕੀਨ ਕਰੋ ਜਿਹੜੇ ਬੰਦੇ ਜਾਣਦੇ ਨੇ ਤੇ ਉਸ ਟਾਈਮ ਅਗਰ ਤੁਸੀਂ ਕਿਧਰੇ ਵੀ ਤੜਕਾ ਲਾ ਰਹੇ ਤੇ ਖੁਸ਼ਬੂ ਪੂਰੇ ਗਰਾਂ 'ਚ ਫਿਰਦੀ ਸੀ ਉਸ ਹਾਂਡੀ ਦੀ ਹੁਣ ਉਹ ਗੱਲਾਂ ਖਤਮ ਹੋ ਗਈਆਂ ਨੇ ਜਨਾਬ ਤੇ ਮਾਸ਼ਾਅੱਲਾ ਉਸ ਟਾਈਮ ਸਾਨੂੰ ਸਪੈਸ਼ਲ ਦਫਤ ਦਿੱਤੀ ਜਾਂਦੀ ਸੀ ਦੀ ਈਦ ਦੇ ਪਹਿਲੇ ਦਿਨ ਨਾ ਆਇਆ ਤੇ ਦੂਜੇ ਦਿਨ ਲਾਜ਼ਮੀ ਆਉਣਾ ਜੀ ਤੇ ਉਹ ਮਾਸ਼ਾਅੱਲਾ ਸਾਡੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਗੋਟੀਆਂ ਕਾਲਾ ਨਮਕ ਕਹਿ ਰਹੇ ਹਾਂ ਕਾਲੀਆਂ ਮਿਰਚਾਂ ਤੇ ਨਮਕ ਦੇ ਅੰਦਰ ਕਿਆ ਹੀ ਸਵਾਦ ਹੁੰਦਾ ਸੀ ਯਕੀਨ ਕਰੋ ਦੂਜੇ ਦਿਨ ਸਪੈਸ਼ਲ ਮੈਸੇਜ ਆਉਂਦਾ ਸੀ ਤੁਸੀਂ ਲਾਜ਼ਮੀ ਆਉਣਾ ਜੀ ਚਾਹੀਦਾ ਸੀ ਨਾਲ ਬਜ਼ੁਰਗ ਵੀ ਹੁੰਦੇ ਸੀ ਤੇ ਮਾਸ਼ਾਅੱਲਾ ਖਾਈਦਾ ਸੀ ਕਿਆ ਹੀ ਸਵਾਦ ਸੀ ਉਹਨਾਂ ਦੇ ਹੱਥ ਦਾ ਮਾਸ਼ਾਅੱਲਾ ਉਹ ਤਾਂ ਰਹਿ ਨਹੀਂ ਅੱਲਾਹ ਤਾਲਾ ਉਹਨਾਂ ਨੂੰ ਜਨਮ ਨਸੀਬ ਕਰੇ ਤੇ ਕਈ ਲੋਕ ਚਲੇ ਗਏ ਨੇ ਤੇ ਮਾਸ਼ਾਅੱਲਾ ਅਜੇ ਵੀ ਉਹਨਾਂ ਦੀ ਗੱਲਾਂ ਯਾਦ ਨੇ ਸਾਨੂੰ ਤੇ ਯੂਕੇ ਦੇ ਅੰਦਰ ਮਾਸ਼ਾਅੱਲਾ ਤੁਹਾਨੂੰ ਪਤਾ ਹੀ ਹੈ ਕੀ ਹੈ ਜੋ ਦੇਸੀ ਮਾਹੌਲ ਹੁੰਦਾ ਤੇ ਉਸ ਟਾਈਮ ਗੁਰਬਤ ਹੁੰਦੀ ਸੀ ਤੇ ਸਾਰੇ ਅਸੀਂ ਕਜ਼ਨ ਸ਼ਦਨ ਇਕੱਠੇ ਹੋ ਕੇ ਸਾਰੇ ਗ੍ਰਾਂ ਫਰੀਦਾ ਹੁੰਦਾ ਸੀ ਕੋਸ਼ਿਸ਼ ਕਰੀ ਦੀ ਸੀ ਸਾਰਿਆਂ ਕੋਲ ਇੱਕ ਇੱਕ ਰੁਪਈਆ ਇਕੱਠਾ ਕਰਨਾ ਤਾਂ ਇਕੱਠਾ ਕਰਕੇ ਅਸੀਂ ਸਾਰੇ ਬਾਜ਼ਾਰ ਜਾਣਾ ਉੱਥੇ ਜਿਹੜਾ ਰੌਣਕ ਮੇਲਾ ਲੱਗਾ ਹੁੰਦਾ ਸੀ ਅਸੀਂ ਦਹੀਂ ਵਾਲੇ ਤਾਂ ਬੜੇ ਸ਼ੌਕੀਨ ਹੁੰਦੇ ਸੀ ਅਸੀਂ ਸਾਰੇ ਤੇ ਮਾਸ਼ਾਅੱਲਾ ਦਹੀਂ ਵਾਲੇ ਅਸੀਂ ਜਾ ਕੇ ਖਾਂਦੇ ਹੁੰਦੇ ਸੀ ਵਾਹ ਵਾਹ ਕਿਆ ਹੀ ਬਾਤਾਂ ਤੇ ਫਿਰ ਉੱਥੇ ਸਾਡੇ ਉੱਥੇ ਵੇਚਦੇ ਹੁੰਦੇ ਸੀ ਕਿਸਮਤ ਪੂੜੀ ਤੇ ਬਹੁਤ ਵੱਡਾ ਕਿਸਮਤ ਪੂੜੀ ਦਾ ਪਰਚਾ ਲੱਗਾ ਹੁੰਦਾ ਸੀ ਜਨਾਬ ਤੇ ਸਭ ਤੋਂ ਵੱਡਾ ਇਨਾਮ ਕੱਢਣ ਦੀ ਕੋਸ਼ਿਸ਼ ਕਰਨੀ ਹੁਣ ਕਰੀ ਦੀ ਸੀ ਵੀ ਸਾਡਾ ਇਨਾਮ ਨਿਕਲ ਰੁਪਈਆ ਰੁਪਈਆ ਠਟਾਨੇ ਦੀ ਕਿਸਮਤ ਬੁੜੀ ਨਿਕਲਦੀ ਸੀ ਕਦੇ ਨਿਕਲ ਆਉਂਦੀ ਸੀ ਕਦੇ ਨਹੀਂ ਨਿਕਲ ਆਉਂਦੀ ਸੀ ਜਨਾਬ ਅਤੇ ਕਦੇ ਉੱਥੇ ਫੁੱਲੀਆਂ ਹੁੰਦੀਆਂ ਸੀ ਫੁੱਲੀਆਂ ਕੀ ਹੁੰਦੇ ਚਾਵਲ ਦੀ ਬਣੀਆਂ ਹੋਈਆਂ ਬੜੀਆਂ ਖਾਈ ਦੀਆਂ ਹੁੰਦੀਆਂ ਸੀ ਜੇਬਾਂ ਭਰ ਕੇ ਅਤੇ ਬਚਪਨ ਜ਼ਬਰਦਸਤ ਰੌਣਕ ਹੁੰਦੀ ਸੀ ਹੁਣੀ ਉਹ ਗੱਲਾਂ ਯਾਦ ਆਉਂਦੀਆਂ ਨੇ ਅਤੇ ਬੰਦੇ ਨਹੀਂ ਰਹੇ ਅਤੇ ਗੱਲਾਂ ਹੀ ਯਾਦ ਰਹਿ ਗਈਆਂ ਨੇ ਅਤੇ ਜਿਉਂ ਜਿਉਂ ਪੈਸਾ ਇਨਸਾਨ ਦੇ ਅੰਦਰ ਵੜਦਾ ਗਿਆ ਅਤੇ ਪਿਆਰ ਮੁਹੱਬਤ ਸਾਰੀ ਸਾਈਡ 'ਤੇ ਹੋ ਗਈ ਅੱਜ ਕੱਲ੍ਹ ਭਰਾ ਨੂੰ ਵੇਖ ਕੇ ਰਾਜ਼ੀ ਨਹੀਂ ਗੁਆਂਢੀ ਗੁਆਂਢੀ ਨੂੰ ਵੇਖ ਕੇ ਰਾਜ਼ੀ ਨਹੀਂ ਜਨਾਬ ਇਹ ਤਾਂ ਅੱਜ ਕੱਲ੍ਹ ਦੀ ਸਟੋਰੀ ਹੈ ਜਨਾਬ ਦੇ ਅਸੀਂ ਪ੍ਰਦੇਸ਼ ਦੇ ਅੰਦਰ ਰਹਿੰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਅਸੀਂ ਇੱਥੇ ਆਪਣੀ ਪਿਆਰ ਮੁਹੱਬਤ ਵੰਡੀਏ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਹੀ ਰਹੀਏ ਅਤੇ ਇਹੀ ਸਾਡੀ ਇੱਥੇ ਸਟੋਰੀ ਲੈ ਦਾ ਲੰਬੀ ਵੀਡੀਓ ਅੱਜ ਨਹੀਂ ਹੋਏਗੀ ਤਾਂ ਛੋਟਾ ਜਿਹਾ ਵਲੋਗ ਹੋਏਗਾ ਮੈਂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਪ੍ਰਦੇਸ਼ ਦੇ ਅੰਦਰ ਈਦ ਦਾ ਦੂਜਾ ਦਿਨ ਕੀ ਚਾਹੁੰਦਾ ਜਨਾਬ ਅਤੇ ਚੱਲਦੇ ਹਾਂ ਕਿਚਨ 'ਚ ਮਾਸ਼ਾਅੱਲਾ ਖਾਣਾ ਮੇਰਾ ਤਿਆਰ ਹੋ ਗਿਆ ਬੁੱਢੀ ਮੇਰਾ ਸਮੋਸੇ ਬਣਾ ਲੈਣੇ ਅਤੇ ਚੱਲਦੇ ਹਾਂ ਸਵਾਇ ਮੈਂ ਜੀ ਕੀ ਕਹਿੰਦੇ ਸਮੋਸੇ ਬਣਾ ਦਿੱਤੇ ਸੀ ਆਹ ਵੇਖੋ ਮਾਸ਼ਾਅੱਲਾ ਜੀ ਘਰ ਦੇ ਸਮੋਸੇ ਅਤੇ ਭੁੱਖ ਬੜੀ ਡੱਢ ਲੱਗੀ ਸੀ ਅਤੇ ਮੈਂ ਚਟਣੀ ਮਿਕਸ ਕੀਤੀ ਪਤਲੀ ਪਾਣੀ ਵਾਲੇ ਸਟਾਈਲ ਪਾਕਿਸਤਾਨ ਵਾਲੇ ਸਟਾਈਲ ਦੇ ਸਮੋਸੇ ਭੰਨ ਕੇ ਪਾਵਾਂਗੇ ਐ ਬੜੇ ਗਰਮ ਗਰਮ ਨੇ ਇਸ ਚਟਣੀ ਦੇ ਵਿੱਚ ਚਟਣੀ ਵਾਲਾ ਮਸਾਲਾ ਮੈਂ ਕਾਫੀ ਜਨਾਬ ਲਾਇਆ ਮੈਂ ਹਾਂ ਦੇਸੀ ਸਟਾਈਲ ਦੇ ਸਮੋਸੇ ਖਾਈਏ ਭੁੱਖ ਲੱਗੀ ਹੋਵੇ ਤਾਂ ਦੇਸੀ ਸਟਾਈਲ ਬਣਾਉਣਾ ਪੈਂਦਾ ਅਤੇ ਸਮੋਸੇ ਆ ਜਾਣਗੇ ਪਲੇਟ 'ਚ ਜਨਾਬ ਬੜਾ ਜ਼ਬਰਦਸਤ ਜਿਹਾ ਮਾਹੌਲ ਹੈ ਅਸੀਂ ਕੀ ਦੱਸੀਏ ਤੁਹਾਨੂੰ ਕੀ ਨਾ ਦੱਸੀਏ ਉੱਤੇ ਮਾਲ ਪਾਉਂਦੇ ਹਾਂ ਅਸੀਂ ਦੇਸੀ ਤਰੀਕੇ ਦੇ ਨਾਲ ਕੱਟ ਛੱਟ ਕੇ ਜਨਾਬ ਲਈ ਅੱਗੇ ਲਿਆ ਜੀ ਖਾਈਏ ਉਹਨਾਂ ਨੂੰ ਇਹ ਵੇਖੋ ਕਿਵੇਂ ਕੁੱਤਰਦਾ ਬੰਦਾ ਹੈ ਤੁਸੀਂ ਆਪ ਖਾਣਾ ਕਿਹੜਾ ਕਿਸੇ ਨੂੰ ਪਾਉਣਾ ਕਿਸੇ ਨੂੰ ਪਾਉਣ ਦਾ ਮਤਲਬ ਕਿਸੇ ਨੂੰ ਖਵਾਉਣਾ ਜਨਾਬ ਇਹ ਵੇਖਿਆ ਜੇ ਹੈ ਐਸਾ ਜਿਹੜਾ ਛੋਟੀ ਜਿਹੀ ਮੂਲੀ ਹੁੰਦੀ ਹੈ ਵੀ ਰੈਡਿਸ਼ ਰੈਡਿਸ਼ ਕਹਿੰਦੇ ਨੇ ਮੂਲੀ ਦੀ ਸ਼ਕਲ ਹੈ ਮੂਲੀ ਸਵਾਦ ਹੁੰਦੀ ਆਉਂਦਾ ਮੂਲੀ ਵਾਲਾ ਹੀ ਅਤੇ ਜ਼ਬਰਦਸਤ ਜਿਹਾ ਮਾਹੌਲ ਹੈ ਅਤੇ ਈਦ ਦਾ ਦੂਜਾ ਦਿਨ ਅਤੇ ਇਹ ਵੇਖੋ ਸਾਡੇ ਕੋਲ ਸਮੋਸੇ ਤੁਹਾਡੇ ਕੋਲ ਤਿੱਕੇ ਬੋਟੀ ਸਾਡੇ ਕੋਲ ਸਮੋਸੇ ਯੂਕੇ ਦੇ ਅੰਦਰ ਅਸਾਂ ਇਸੇ ਤਾਂ ਗੁਜ਼ਾਰਾ ਕਰ ਲੈਂਦੇ ਹਾਂ ਜਨਾਬ ਉਹ ਸਾਨੂੰ ਵੈਸੇ ਵੀ ਨਹੀਂ ਪਚਦਾ ਹੈ ਅੱਜ ਕੱਲ੍ਹ ਮੈਂ ਹੈ ਜ਼ਰਾ ਕਰੀਏ ਤੁਹਾਡੇ ਨਾਲ ਸ਼ੇਅਰ ਜੀ ਅੱਜ ਦੀ ਰੂਟੀਨ ਈਦ ਦਾ ਦੂਜਾ ਦਿਨ ਕੀ ਹੈ ਜਿਹਾ ਸਾਡਾ ਯੂਕੇ ਦੇ ਅੰਦਰ ਅਤੇ ਕੰਮ 'ਤੇ ਆਇਆ ਵਾਪਸ ਅਤੇ ਭੁੱਖ ਬੜੀ ਡਾਢੀ ਲੱਗੀ ਬੁੱਢੀ ਨੂੰ ਕਿਹਾ ਬਣਾ ਦੇ ਕੋਈ ਸਮੋਸੇ ਖਾਣ ਵਾਸਤੇ ਕਹਿੰਦੀ ਸਮੋਸੇ ਪਏ ਨੇ ਅਤੇ ਮੈਂ ਚਲੋ ਜੀ ਸਮੋਸੇ ਖਾਂਦੇ ਹਾਂ ਅਤੇ ਜ਼ਬਰਦਸਤ ਜਿਹਾ ਮਾਹੌਲ ਅਸੀਂ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਜਨਾਬ ਜੀ ਸਮੋਸੇ ਮੇਰੇ ਆਲਮੋਸਟ ਰੈਡੀ ਹੋ ਗਏ ਨੇ
देसी माल प्याज नहीं पाना हूँ इतने एक चटनी पी उत्ते पावे चटनी और चंगा लताड़ के ना समोसे गायब ही हो जाने बिच बहुत ही जबरदस्त जहा देसी माहौल जनाब अली आह एक आध चेक ही करा देने तो फिर मैं आराम ना बह के खाऊंगा तो फिर करांगा बिस्मिल्ला स्वाद बड़ा आ रहा भुख लगी हुई वैसे ही बड़ा स्वाद आता जनाब जी तो ठीक है जी मैं खाँगा समोसे समोसे आराम दे आराम तो फिर थोड़े नाल और ही कोई देसी माहौल करते हैं शेर अज की करांगा ठीक है जनाब माशाल्लाह साढ़े गुआढ़ी ने तो जान लगे से किधरे इन्हों लाने गप शप तो इन्हों को पुछते हैं जी ईद का दूजा दिन किवें मनाया जाता जनाब सलाम अलैकुम की हाल है जनाब ठीक ठाक कि गड्डी ने सोशो लाया बंद करो दो सैकंड गड्डी जनाब नहीं बंद करो ना थोड़े किधर किधर चले हो सुबह सुबह सर सुबह सवेरे उठ जाइए ना कमे ते जाइए ना तो माशाल्लाह देख लो जी ईद का दूजा दिन है तो पाकिस्तान के बंदे कहने रौनक मेला लगा हों दूजे दिन तीजे दिन तो थोड़ा की ख्याल है दूजा दिन असं किवें मनाने ईद का इतने प्रदेश के अंदर टाइम क्यों हो गया जी टाइम हो गया जी बारह बारह का टाइम हो गया हूँ जैसा सुबह उठे आराम सुकून हूँ जैसा काम शुरू हो गया साढ़ा दूसरा दिन ईद खत्म खत्म साड़ी एक ही दिन ईद का होंगे वह भी पता नहीं लगता जनाब पता नहीं लगता सही गल है हूँ तक दूसरा दिन आया दूसरा दिन चढ़िया जनाब कमे ते प्रदेश की मजबूरिया काफी ने क्यों जी असि अपनी मर्जी कर नहीं सकते बिल्कुल सही गल है कलक कलक चलना पैंदा बिल्कुल कहने नहीं सही कहने दूर के डोज सुहाने लेकिन लेकिन अभी अल्लाह का शुक्र है जनाब क्योंकि कोई शक नहीं क्योंकि अभी प्रदेश रहने प्रदेश की वजह से घर आले पिछे उन्होंने वास्ते कमाने कमाने की जाती है खुशी तो रब ताला की जात ने देनी होती है कोशिश कर सकते हैं लेकिन रब ताला की जात ने जी खुशी देनी होती है बिल्कुल क्या हाल है जी ਇਹ ਤਾਂ ਲਾਜ਼ਮੀ ਹੈ ਜਨਾਬ ਸਾਰਿਆਂ ਨੇ ਜਨਾਬ ਮੇਰੀ ਤਰਫੋਂ ਬਹੁਤ 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 ਈਦ ਮੁਬਾਰਕ ਬਿਲਕੁਲ ਤੇ ਬੋਟੀਆਂ ਛੋਟੀਆਂ ਆਰਾਮ ਨਾਲ ਖਾਣਾ ਸਾਡਾ ਵੀ ਹਿੱਸਾ ਲਾਜ਼ਮੀ ਰੱਖਣਾ ਜਨਾਬ ਤੇ ਠੀਕ ਹੈ ਜਨਾਬ ਬੜਾ ਤੁਸੀਂ ਟਾਈਮ ਦਿੱਤਾ ਜਾਓ ਤੁਸੀਂ ਆਪਣੀ ਦਿਹਾੜ ਛੇੜ ਲਓ ਹਾਂਜੀ ਲਾਜ਼ਮੀ ਅਸਲਾਮ ਅਲੈਕਮ ਵਾਲਕਮ ਸਲਾਮ ਬਹੁਤ ਸ਼ੁਕਰੀਆ ਜਨਾਬ ਇਹ ਸਾਡੇ ਗੁਆਂਢੀ ਨੇ ਮਾਸ਼ਾਅੱਲਾ ਬੜੇ ਹੀ ਪਿਆਰੇ ਭਾਈ ਨੇ ਤੇ ਜਿਵੇਂ ਰੋਜ਼ ਹੀ ਮਿਲਦੇ ਨੇ ਬੜੇ ਪਿਆਰ ਮੁਹੱਬਤ ਨਾਲ ਮਿਲਦੇ ਨੇ ਬੜੇ ਖਲੂਸ ਨਾਲ ਮਿਲਦੇ ਨੇ ਸਾਰੇ ਆਪੇ ਬਹੁਤ ਪਿਆਰੇ ਨੇ ਬਹੁਤ ਚੰਗੇ ਨੇ ਤਾਂ ਵਾਸਤੇ ਇਹਨਾਂ ਨੂੰ ਦੂਸਰੇ ਬੰਦੇ ਵੀ ਚੰਗੇ ਲੱਗਦੇ ਨੇ ਨਹੀਂ ਨਹੀਂ ਅਗਰ ਬੰਦਾ ਆਪੂ ਚੰਗਾ ਨਾ ਹੋਵੇ ਨਾ ਤੇ ਕੋਈ ਦੂਆ ਬੰਦਾ ਵੀ ਚੰਗਾ ਨਹੀਂ ਸਾਡੀ ਤਾਂ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜੀ ਪਿਆਰ ਨਾਲ ਬੁਲਾਓ ਜੀ ਬਹੁਤ ਅੱਛੇ ਗਵਾਂਢੀ ਅੱਲਾਹ ਤਾਲਾ ਇਹਨਾਂ ਨੂੰ ਲੰਬੀ ਜ਼ਿੰਦਗੀ ਸਿਹਤ ਤੇ ਤੰਦਰੁਸਤੀ ਦੇਵੇ ਬੜੇ ਅੱਛੇ ਨਹੀਂ ਨਹੀਂ ਤੁਸੀਂ ਮਾਸ਼ਾਅੱਲਾ ਬਹੁਤ ਹੀ ਪਿਆਰੇ ਹੋ ਜਦ ਵੀ ਬੁਲਾਇਦਾ ਬੜੇ ਹੱਸ ਮੁਸਕਰਾ ਨਾਲ ਬੋਲਦੇ ਹੋ ਤੁਸੀਂ ਇਸ ਤੋਂ ਜ਼ਿਆਦਾ ਕਰਦੇ ਨਾ ਆਏ ਠੀਕ ਹੈ ਜੱਲਾ ਸੁਣਨ ਵਾਲੇ ਅੱਲਾਹ ਦੁਆਵਾਂ 'ਚ ਯਾਦ ਰੱਖਣਾ ਮੇਰਾ ਭਰਾ ਅੱਲਾਹ ਹਾਫਿਜ਼ ਜਨਾਬ ਆਪਣੇ ਭਾਈ ਇਰਫਾਨ ਹੋਰ ਸੀ ਮੈਂ ਲਾਈ ਉਹਨਾਂ ਦਾ ਗੱਪਸ਼ਪ ਤੇ ਵਿਖਾਈ ਉਹਨਾਂ ਦਾ ਵੀ ਰਿਵਿਊ ਕੀ ਕਹਿੰਦੇ ਨੇ ਪਰਦੇਸ ਦੇ ਅੰਦਰ ਦੂਜੇ ਦਿਨ ਕਿਸ ਤਰ੍ਹਾਂ ਇਹਦੇ ਬਣਾਈ ਜਾਂਦੀ ਹੈ ਤੇ ਉਹਨਾਂ ਬਿਲਕੁਲ ਸਹੀ ਗਿਆ ਜੀ ਕੀ ਕਰੀਏ ਪਰਦੇਸ ਦੇ ਅੰਦਰ ਰਹਿ ਕੇ ਕੰਮ ਸ਼ਮ ਤੇ ਕਰਨਾ ਪੈਂਦਾ ਜਨਾਬ ਤੇ ਉਹ ਜਾ ਰਹੇ ਸੀ ਕੰਮ ਤੇ ਰਹਿੰਦੇ ਮੇਰੇ ਗੁਆਂਢੀ ਦੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਭਾਈ ਨੇ ਜਦੋਂ ਵੀ ਬੁਲਾਇਆ ਤਾਂ ਬੜੇ ਹੱਸ ਮੁਸਕਰਾ ਕੇ ਬੁਲਾਉਂਦੇ ਨੇ ਜੀ ਨਾਲ ਜੀ ਹੁੰਦੀ ਜਨਾਬ ਵਾਲੀ ਤੇ ਪਰਦੇਸ ਦੇ ਅੰਦਰ ਅਸੀਂ ਤਕਰੀਬਨ ਇਸ ਤਰ੍ਹਾਂ ਹੀ ਰਹਿੰਦੇ ਹਾਂ ਜਨਾਬ ਤੇ ਚੱਲਾਂਗੇ ਕਿਧਰ ਹੋਰ ਵੀ ਤੁਹਾਨੂੰ ਮਾਹੌਲ ਸ਼ੋਲ ਚੈੱਕ ਕਰਾਂਗੇ ਜਨਾਬ ਲੋਕ ਤੁਹਾਡੇ ਨਾਲ ਸ਼ੇਅਰ ਕੀਤਾ ਈਦ ਦਾ ਦੂਜਾ ਦਿਨ ਅਸੀਂ ਪ੍ਰਦੇਸ਼ ਦੇ ਅੰਦਰ ਕਿਵੇਂ ਮਨਾਉਂਦੇ ਹਾਂ ਤੁਹਾਨੂੰ ਦੱਸਿਆ ਸੀ ਤੇ ਮਾਸ਼ਾਅੱਲਾ ਅਸੀਂ ਲੱਗੇ ਹਾਂ ਖਾਣਾ ਛੀਣਾ ਪਕਾਉਣ ਤੇ ਨਾਲ ਆ ਵੇਖੋ ਜ਼ਬਰਦਸਤ ਜਿਹਾ ਮਾਹੌਲ ਹੈ ਪਾਣੀ ਪਾ ਲਿਆ ਇਸ ਤੋਂ ਪਹਿਲੇ ਸੜ ਜਾਏ ਤੇ ਬਾਅਦ ਹੀ ਰੋਲਾ ਪੈ ਜਾਏਗਾ ਪਾਣੀ ਛਾਣੀ ਪਾ ਲਿੱਤਾ ਜਨਾਬ ਮੇਰੇ ਤੇ ਕੈਮਰਾ ਲੈ ਕੇ ਆਓ ਤੇ ਅਸੀਂ ਤੁਹਾਨੂੰ ਦੱਸਾਂ ਅਸੀਂ ਪਕਾਉਣ ਕੀ ਲੱਗੇ ਜਨਾਬ ਖੁਸ਼ਬੋ ਬੜੀ ਡਾਢੀ ਆ ਰਹੀ ਹੈ ਦੇਖੋ ਈਦ ਦਾ ਦੂਜਾ ਦਿਨ ਤੇ ਮਟਰ ਪਕਾਉਣ ਲੱਗੇ ਅਸੀਂ ਤੋ ਕਹਿੰਦੇ ਬੋਟੀਆਂ ਛੋਟੀਆਂ ਕੋਈ ਪਕਾਉਣੀਆਂ ਤੇ ਕਈ ਕੀ ਪਕਾਉਣਾ ਕੋਈ ਤਿੱਕੇ ਕਬਾਬ ਨਹੀਂ ਜੀ ਅਸੀਂ ਮਟਰ ਵਾਲੀ ਹਾਂਡੀ ਪਕਾਉਣ ਲੱਗੇ ਹਾਂ ਉਮੀਦ ਕਰਦਾ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਣਾ ਤੁਹਾਡੇ ਨਾਲ ਕੀਤਾ ਸ਼ੇਅਰ ਜ਼ਿੰਦਗੀ ਲਈ ਤੇ ਫਿਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਵੀਡੀਓ ਕਿਸੇ ਹੋਰ ਜਗ੍ਹਾ 'ਚ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼।